ਬੀਤੀ ਰਾਤ ਨੂੰ ਜਿੱਥੇ ਵਿਆਹ ਤੇ ਜਸ਼ਨ ਮਨਾਏ ਜਾ ਰਹੇ ਸਨ, ਲਾੜੇ ਦੇ ਵੱਲੋਂ ਨੱਚ ਟੱਪ ਕੇ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਸੀ ਕਿ ਹੁਣ ਉਸ ਦਾ ਵੀ ਵਿਆਹ ਹੋ ਜਾਣਾ। ਉਸਨੇ ਘਰ ਆਪਣੀ ਲਾੜੀ ਨੂੰ ਲੈ ਆਉਣਾ ਅਤੇ ਸਵੇਰੇ 5 ਵਜੇ ਤੋਂ ਪਹਿਲਾਂ ਹੀ ਸਾਰੇ ਜਾਣੇ ਉੱਠ ਕੇ ਤਿਆਰ ਹੁੰਦੇ ਨੇ ਅਤੇ ਬਰਾਤ ਲੈ ਕੇ ਲਾੜੀ ਨੂੰ ਲੈਣ ਦੇ ਲਈ ਨਿਕਲ ਜਾਂਦੇ ਨੇ। ਕਿਸੇ ਨੂੰ ਨਹੀਂ ਪਤਾ ਸੀ ਕਿ ਅੱਧ ਰਸਤੇ ਦੇ ਵਿੱਚ ਇਹ ਪਰਿਵਾਰ ਮੁੱਕ ਜਾਣਾ ਅਤੇ ਇਹਨਾਂ ਦੇ ਵੱਲੋਂ ਉਸ ਥਾਂ 'ਤੇ ਪਹੁੰਚਿਆ ਹੀ ਨਹੀਂ ਜਾ ਸਕਣਾ ਜਿੱਥੇ ਕਿ ਲਾੜੀ ਅਤੇ ਉਸ ਦਾ ਪਰਿਵਾਰ ਇੰਤਜ਼ਾਰ ਕਰ ਰਿਹਾ। ਇਸ ਗੱਲ ਦੀ ਖਬਰ ਜਦੋਂ ਉਸ ਕੁੜੀ ਨੂੰ ਹੋਈ ਤਾਂ ਉਸ ਦਾ ਹਾਲ ਬੇਹਾਲ ਹੋ ਗਿਆ। ਦੂਸਰੇ ਪਾਸੇ ਇੱਕੋ ਪਰਿਵਾਰ ਦੇ 4 ਜੀਆਂ ਦੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿੰਜ ਵਿਆਹ ਦਾ ਚਾਅ ਮਨਾ ਰਹੇ ਸੀ ਅਤੇ ਲਾੜੀ ਦਾ ਇੰਤਜ਼ਾਰ ਸਾਰੇ ਕਰ ਰਹੇ ਸਨ, ਪਰ ਨਹੀਂ ਪਤਾ ਸੀ ਕਿ ਇਹ ਵਿਆਹ ਦਾ ਦਿਨ ਹੀ ਮੁੰਡੇ ਦੇ ਲਈ ਕਾਲ ਬਣ ਜਾਣਾ ਜਿੱਥੇ ਉਸਦੇ ਸਮੇਤ ਹੋਰ ਵੀ ਕਈ ਜਾਣਿਆਂ ਨੇ ਦੁਨੀਆ ਤੋਂ ਤੁਰ ਜਾਣਾ। ਸਾਨੂੰ ਤਾਂ 4 ਵਜੇ ਪਤਾ ਲੱਗਾ ਫੋਨ ਆਇਆ ਸਰਪੰਚ ਬਣੇ, ਸਾਨੂੰ ਪਤਾ ਇਵੇਂ ਲੱਗਾ ਵੀ ਐਕਸੀਡੈਂਟ ਹੋ ਗਿਆ, ਉਂਝ ਨਹੀਂ ਦੱਸਣ ਵੀ ਮੁੱਕ ਗਏ ਨੇ, ਬਾਅਦ 'ਚ ਪਤਾ ਲੱਗਾ ਵੀ ਮੁੱਕ ਗਏ ਨੇ। ਚਾਹ ਤਾਂ ਬੜਾ ਹੀ ਸੀ ਸਾਨੂੰ, ਚਾਹ ਤਾਂ ਬੜਾ ਹੀ ਸੀ ਸਾਨੂੰ। ਇਸ ਤੁੱਤੇ ਹੋਰ ਕਿਵੇਂ ਕਾਟਾ ਪੈਣੇ, ਸਾਡਾ ਤਾਂ ਘਰ ਅੱਗੇ ਉਜੜਾ ਹੋਇਆ ਸੀ, ਅਸੀਂ ਤਾਂ ਅੱਗੇ ਬੜੇ ਦੁਖੀ ਸੀ, ਰੱਬ ਨੇ ਹੋਰ ਦੁਖੀ ਕਰ ਦਿੱਤਾ ਸਾਨੂੰ, ਸਾਰਾ ਘਰ ਹੀ ਲੁੜ ਗਿਆ ਸਾਡਾ। ਵਿੱਚ ਇੱਕ ਮੇਰੀ ਪੋਤਰੀ ਹੈਗੀ ਹੈ ਅੰਸ਼ਦੀਪ, ਇੱਕ ਮੇਰਾ ਜੇਠ ਦਾ ਮੁੰਡਾ ਵੀ ਜਠੀਆ ਸਾਡਾ ਪੁੱਤਰ ਹੀ ਹੈਗਾ ਸਾਡਾ, ਅਸੀਂ ਪਾਲਾ ਹੈਗਾ ਹੈ, ਇੱਕ ਸਾਡੀ ਨਨਾਣ ਦੀ ਨੂੰਹ, ਇੱਕ ਸਾਡਾ ਪ੍ਰਾਹੁਣਾ ਜੇਠ ਦੀ ਗੁੜੀਆ ਪ੍ਰਾਹੁਣਾ ਸਾਡਾ। ਬਰਾਤ ਹੁਣ ਮੁੜੇ ਜਾ ਕੇ ਪਤਾ ਕਿੰਨੇ ਵਜੇ ਮੁੜੇ ਆ ਗਾ ਤੂੰ, 4 ਵਜੇ, ਹਾਂ ਅੱਜ ਮੁੜਨ ਨਹੀਂ ਸੀ, ਹਾਂ ਇਹ ਤੂੰ ਗਏ ਨੇ ਪਤਾ ਨਹੀਂ 2 ਵਜੇ ਕਿ 3 ਵਜੇ ਗਏ ਨੇ, ਇੰਨਾ ਨਹੀਂ 2 ਵਜੇ ਗਏ ਨੇ, 2 ਕੁ ਦਾ ਟਾਈਮ ਸੀ। ਖੁਸ਼ੀ ਤਾਂ ਬੜੇ ਦਿਨ ਕ੍ਰਾਸ ਪਤਾ ਨੀ ਕਿਹੜੇ ਮਾੜੇ ਕਰਮ ਅਸੀਂ ਕਰ ਬੈਠੇ ਹੈ, ਸਾਨੂੰ ਸਜ਼ਾ ਬੜੀ ਰੱਬ ਦੇ ਰਿਹਾ ਹੈ, ਅਸੀਂ ਦੀਨ ਨੂੰ ਕੀ ਜਵਾਬ ਦੇ ਸਾ ਹੈ, ਆਦੀ ਪੋਤਰੀ ਨੂੰ ਕੀ ਜਵਾਬ ਦੇਵਾਂਗੇ, ਉਹ ਘਰੇ ਕਿਹੜੇ ਤੇ ਜਾਣਗੀਆਂ, ਸਾਨੂੰ ਨਹੀਂ ਬੋਲਾ ਜਾਂਦਾ, ਸਾਡੇ ਜਵਾਨ ਸਾਰੇ ਚਲੇ ਗਏ। ਬਹੁਤ ਚਿਰ ਪਿੱਛੋਂ ਬੜੇ ਦਿਨਾਂ ਪਿੱਛੋਂ ਕੋਈ ਸਾਨੂੰ ਸਮਝ ਨਹੀਂ ਆ ਰਹੀ, ਭਾਜੀ ਅਸੀਂ ਫਾਜ਼ਿਲਕਾ ਤੋਂ ਚੱਲੇ ਸੀ ਪਿੰਡ ਜੋੜਕੀ ਅੰਦੇ ਵਾਲੇ ਤੋਂ, 2:20 ਤੇ ਚੱਲੇ ਸੀਗੇ। ਕਿੱਥੇ ਜਾ ਰਹੇ ਸੀ? ਅਸੀਂ ਬੱਦੋਵਾਲ ਜਾ ਰਹੇ ਸੀ ਕਮੇਟੀ 'ਚ। ਕਿਹੜੇ ਪਿੰਡ ਤੋਂ ਆਈ ਬਰਾ? ਪਿੰਡ ਜੋੜਕੀ ਅੰਦੇ ਵਾਲਾ ਜੀ। ਫਾਜ਼ਿਲਕਾ? ਹਾਂਜੀ, ਜ਼ਿਲ੍ਹਾ ਫਾਜ਼ਿਲਕਾ ਜੀ। ਅਤੇ ਜ਼ਿਲ੍ਹਾ ਫਾਜ਼ਿਲਕਾ, ਹਾਂਜੀ। ਕੀ ਹਾਦਸਾ ਕੀ ਹੋਇਆ? ਇਹ ਹਾਦਸਾ ਜੀ ਸਵੇਰੇ ਨਾ ਧੁੰਦ ਸੀ ਬਹੁਤ ਜ਼ਿਆਦਾ ਜੀ, ਅੱਗੇ ਮੈਂ ਚੱਲ ਰਿਹਾ ਸੀ, ਮੇਰੇ ਪਿੱਛੇ ਸੀਗੇ ਜੀ, ਰਸਤੇ 'ਚ ਆ ਕੇ ਗੱਡੀ ਪਿੱਛੇ ਰਹਿ ਗਈ, ਅਸੀਂ ਰਸਤੇ 'ਚ ਜਗਰਾਵਾਂ ਪਹੁੰਚ ਕੇ ਫੋਨ ਕੀਤਾ ਜੀ ਵੀ ਪਿੱਛੋਂ ਗੱਡੀ ਨਹੀਂ ਆ ਰਹੀ, ਅਤੇ ਉਹ ਫੋਨ ਕਰਕੇ ਪੁੱਛਿਆ ਤਾਂ ਕਿਸੇ ਹੋਰ ਨੇ ਫੋਨ ਚੱਕਿਆ, ਉਹ ਕਹਿੰਦੇ ਵੀ ਗੱਡੀ ਦਾ ਐਕਸੀਡੈਂਟ ਹੋ ਗਿਆ, ਉਹ ਕਹਿੰਦੇ ਵੀ ਪਿੱਛੇ 15 ਕਿਲੋਮੀਟਰ ਵਾਪਸ ਮੁੜ ਕੇ ਆਓ ਜੀ। ਅਸੀਂ ਫਿਰ ਪਿੱਛੇ ਮੁੜ ਕੇ ਗਏ ਹਾਂ, ਜਾ ਕੇ ਡੈੱਡ ਬੋਡੀਆਂ 2 ਕੱਢੀਆਂ, 2 ਡੈੱਡ ਸੀਗੀਆਂ, ਅਤੇ 2 ਨੂੰ ਰੈਫਰ ਕਰਤਾ ਜਗਰਾਉਣ ਵਾਸਤੇ, ਅਤੇ 1 ਨੂੰ ਰੈਫਰ ਕਰਤਾ ਜੀ ਬਠਿੰਡੇ ਵਾਸਤੇ। ਤੁਸੀਂ ਕਿਹੜੀ ਗੱਡੀ ਦੇ ਡਰਾਈਵਰ? ਮੈਂ ਤੂਫਾਨ ਗੱਡੀ ਦਾ ਡਰਾਈਵਰ। ਕਿਹੜੀ ਗੱਡੀ ਦਾ ਐਕਸੀਡੈਂਟ ਹੋਇਆ? ਉਹ ਡੀਆਰ ਕਾਰ ਹੈ ਜੀ। ਡੀਆਰ ਦਾ? ਹਾਂਜੀ। ਕਿੰਨੀਆਂ ਸਵਾਰੀਆਂ ਸੀ ਉਹਦੇ ਵਿੱਚ? 6 ਸੀ ਟੋਟਲ ਜੀ। 6 ਸੀ? ਕਿੰਨੇ ਦੀ ਡੈਥ ਹੋ ਗਈ? 4 ਦੀ ਡੈਥ ਹੋ ਗਈ ਜੀ। ਕੋਈ ਇੰਜਰਡ ਵੀ ਹੈਗਾ? ਹਾਂਜੀ, 2 ਪੇਸ਼ੈਂਟ ਰੈਫਰ ਕੀਤੇ ਆ ਜੀ। ਜਿਹੜਾ ਲਾੜਾ ਸੀ ਉਹਦੀ ਡੈਥ ਹੋ ਗਈ? ਉਹਦੀ ਡੈਥ ਹੋ ਗਈ ਜੀ। ਉਹਦੀ ਡੈਥ ਹੋ ਗਈ ਕਿੱਥੇ? ਉਹਦੀ ਡੈਡ ਬੋਡੀ ਇੱਥੇ ਹੈ ਜੀ, ਜਗਰਾਉਂ। ਅੱਛਾ, ਅਤੇ ਸਰਵਾਲੇ ਦੀ ਅਤੇ ਛੋਟੀ ਬੱਚੀ ਦੀ ਜਿਹੜੀ ਡੈਡ ਬੋਡੀ ਉਹ ਮੋਗੇ ਹੈ।
ਜਦੋਂ ਡੈਡ ਬੋਡੀ ਲਾਸ਼ਾਂ ਕੱਢੀਆਂ ਉਦੋਂ ਮੌਕੇ ਤੇ ਪਹੁੰਚੇ ਜੀ। ਹਾਦਸਾ ਭਿਆਨਕ ਸੀ, ਭਿਆਨਕ ਸੀਗਾ ਜੀ। ਧੁੰਦ ਦੇ ਕਾਰਨ ਹਾਦਸਾ ਵਾਪਰਿਆ ਜੀ। ਅਜੀਤ ਵਾਲੀ ਜੀ ਵੱਜੀ ਕਿਹਦੇ ਘੋੜੇ ਚ, ਘੋੜੇ ਬੈਕ ਸਾਈਡ ਘੋੜੇ ਦੇ।